ਪਾਜੀ ਸਾਡੇ ਕੋਲ ਜਿਹੜੀ 32 ਇੰਚ ਦੀ ਐਲਈਡੀ ਹੈ ਨਾ ਭਾਜੀ 6290 ਰੁਪਏ ਤੋਂ ਸ਼ੁਰੂ ਹੈ ਜੀ। 32 ਇੰਚ ਦੀ ਐਲਈਡੀ ਹੈ ਜੀ 6290 ਰੁਪਏ। 7 ਕਿਲੋ ਦਾ ਸਾਈਜ਼ ਹੈ, ਮਤਲਬ ਸੁੱਕੇ ਕੱਪੜਿਆਂ ਦਾ 7.5 ਕਿਲੋ ਵਜ਼ਨ ਆਪਾਂ ਇਹਦੇ ਵਿੱਚ ਕੱਪੜੇ ਪਾ ਸਕਦੇ ਹਾਂ ਜੀ। ਤੇ ਅਗਰ ਤੁਸੀਂ ਮਾਡਲ ਏ ਵਾਲਾ ਲੈਣਾ ਹੈਗਾ ਜੀ, ਇਹ ਅੱਜ ਦੇ ਮਤਲਬ ਆਫਰ ਰੇਟ ਦੇ ਵਿੱਚ ਜਿਹੜਾ ਹੈਗਾ 6950 ਰੁਪਏ ਦੀ ਵਾਸ਼ਿੰਗ ਮਸ਼ੀਨ ਜਿਹੜੀ ਨਾਲ ਆਪਾਂ, ਸਾਈਜ਼ ਵੀ ਵੱਡਾ ਹੈ ਤੇ 10 ਸਾਲ ਦੀ ਇਹਦੀ ਕੰਪਰੈਸ਼ਰ ਦੀ ਗਰੰਟੀ ਹੈ ਜੀ। 10 ਸਾਲ ਦੀ ਇਹ ਜਿਹੜਾ ਮਾਡਲ ਹੈਗਾ ਵਾ ਉਦਾਂ ਰੇਟ ਇਹਦਾ ਜਿਹੜਾ ਹੈਗਾ 14000 ਰੁਪਏ ਜੀ। ਜੀ ਹੁਣ ਦੇ ਰੇਟ ਦੇ ਵਿੱਚ ਤੁਹਾਨੂੰ ਆਪਾਂ ਜਿਹੜਾ ਹੈਗਾ 10990 ਰੁਪਏ ਦਾ ਐਲਜੀ ਕੰਪਨੀ ਦਾ ਫ੍ਰਿਜ ਤੁਹਾਨੂੰ 8500 ਰੁਪਏ ਤੋਂ ਡਬਲ ਬੈੱਡ ਸ਼ੁਰੂ ਹੈਗਾ, ਮਤਲਬ 8500 ਦੇ ਵਿੱਚ ਡਬਲ ਬੈੱਡ ਤੁਸੀਂ ਲੈ ਕੇ ਜਾ ਸਕਦੇ ਹੋ। ਤੇ ਆਪੇ ਆ ਕੱਪ ਹੋਲਡਰ ਹੈਗੇ ਆ, ਬੰਦਾ ਬੈਠਦਾ ਗਲਾਸ ਗਲੂਸ ਵੀ ਰੱਖ ਸਕਦਾ ਨਾ, ਹੈਗਾ 17-18000 ਦਾ ਇਹ ਭਾਜੀ। 17-18000 ਇਹ ਤੁਹਾਨੂੰ ਸੋਫਾ ਜਿਹੜਾ ਹੈਗਾ 9500 ਦਾ ਪੈਣਾ ਭਾਜੀ, ਸਿਰਫ 9500 ਦਾ। ਬਿਲਕੁਲ ਜੀ, ਬਹੁਤ ਸਾਰੀਆਂ ਆਫਰ ਨੇ ਦੀਵਾਲੀ ਦੇ ਉੱਤੇ, ਬਹੁਤ ਵੱਡੀ ਆਫਰ ਲਾਤੀ ਹੈ ਜਿੱਥੇ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਇੱਥੋਂ ਸਮਾਨ ਲੈ ਕੇ ਜਾ ਸਕਦੇ ਆ, 1 ਰੁਪਈਆ ਵੀ ਤੁਹਾਡਾ ਵਿਆਜ ਨਹੀਂ ਲੱਗਣ ਦੇਣਾ ਹੈਗਾ ਭਾਈ। ਕੈਲੀਵਿਨੇਟਰ ਕੰਪਨੀ ਦੇ ਏਸੀ ਆ ਭਾਜੀ, ਇਹੀ ਜਿਹੜਾ ਏਸੀ ਆ ਗਰਮੀਆਂ ਦੇ ਵਿੱਚ 32000 ਰੇਟ ਸੀਗਾ ਜੀ, ਅੱਜ ਤੁਹਾਨੂੰ ਫੈਸਟੀਵਲ ਆਫਰ ਦੇ ਵਿੱਚ ਜਿਹੜਾ ਹੈਗਾ 26000 ਦਾ ਏਸੀ ਲਾ ਕੇ ਦਵਾਂਗੇ। ਕ੍ਰੈਡਿਟ ਕਾਰਡ ਉੱਤੇ ਕੀ ਕੀ ਆਫਰਾਂ? ਕ੍ਰੈਡਿਟ ਕਾਰਡ ਤੇ ਹੋਰ ਫਾਇਦਾ ਕਰਾਂਗੇ ਜੀ, ਕਿਸੇ ਕੋਲ ਵੀ HDFC ਕਾਰਡ ਹੋਵੇ, ਕ੍ਰੈਡਿਟ SBI ਦਾ, ਐਕਸਿਸ ਦਾ, ਕਿਸੇ ਵੀ ਬੈਂਕ ਦਾ ਕਾਰਡ ਹੋਵੇ, ਉਹਦੇ ਉੱਪਰ ਕਿਸ਼ਤਾਂ ਵੀ ਬਣਾਵਾਂਗੇ ਤੇ ਉਹਦੇ ਉੱਪਰ ਵੱਖਰਾ ਡਿਸਕਾਊਂਟ ਵੀ ਦੇਵਾਂਗੇ ਜੀ। ਕੈਸ਼ਬੈਕ ਵੀ ਹੋ ਜਾਂਦਾ ਜੀ? ਮੈਂ ਕਿਹਾ ਜੀ 5-15% ਤੱਕ ਕੈਸ਼ਬੈਕ ਜੇ ਤੁਹਾਡੀ ਵੀ ਇੰਜੋਏ ਕਰਨਾ ਜੀ, ਤੁਸੀਂ ਇਹਦੇ ਵਿੱਚ YouTube ਵਗੈਰਾ ਚਲਾ ਕੇ ਜਾਂ ਕੋਈ ਵੀ Netflix Amazon ਤੁਸੀਂ ਜੋ ਚਲਾਣਾ ਇਹਦੇ ਵਿੱਚ ਸਿੱਧਾ ਉਹ ਵੀ ਤੁਹਾਡਾ ਚੱਲੂਗਾ ਸਾਰਾ ਜੀ। ਆਪਣੇ ਪਰਿਵਾਰ ਸਮੇਤ ਤੁਹਾਨੂੰ ਚਾਹੀਦੀਆਂ ਵੀ 4 ਕੁਰਸੀਆਂ ਲੈਣਾ ਆ ਤੁਸੀਂ ਲੈ ਸਕਦੇ ਆ, 6 ਕੁਰਸੀਆਂ ਲੈਣਾ ਤੁਸੀਂ ਇਹ ਡਾਈਨਿੰਗ ਟੇਬਲ ਲੈ ਸਕਦੇ ਆ, ਜੇ ਤੁਹਾਡਾ ਪਰਿਵਾਰ ਵੱਡਾ 8 ਕੁਰਸੀਆਂ ਲੈਣਾ ਤੇ ਤੁਸੀਂ ਆ ਲੈ ਸਕਦੇ, ਨਾਲੇ ਮਾਰਬਲ ਦੇ ਵਿੱਚ ਹੈਗਾ ਇਹ। ਸਿੱਧਾ ਸਿੱਧਾ ਜਿਹੜਾ 50 ਇੰਚ ਜਾਂ 50 ਇੰਚ ਤੋਂ ਉੱਪਰਲਾ ਕੋਈ ਵੀ ਮਾਡਲ ਲੈਣੇ ਆ ਭਾਜੀ ਤੇ ਉਹਦੇ ਨਾਲ ਤੁਹਾਨੂੰ ਆਹ ਸਾਊਂਡ ਬਾਰ ਜਿਹੜਾ ਹੈਗਾ ਹਿਤਾਇਸ਼ੀ ਕੰਪਨੀ ਦਾ, ਇਹ ਬਿਲਕੁਲ ਫ੍ਰੀ ਦਿੱਤਾ ਜਾਊਗਾ। ਉੱਠਸਲ ਵੀ ਜਿੱਤ ਸਕਦੇ ਹੋ ਤੁਸੀਂ, ਸੋਫਾ ਸੈੱਟ ਵੀ ਜਿੱਤ ਸਕਦੇ ਆ, ਡਬਲ ਬੈੱਡ ਜਿੱਤ ਸਕਦੇ ਹੋ, 43 ਇੰਚ ਦੀ ਐਲਈਡੀ ਵੀ ਜਿੱਤ ਸਕਦੇ ਆ ਤੁਸੀਂ, ਵੀ ਕਿਸ਼ਤਾਂ ਹੋ ਜਾਂਦੀਆਂ ਭਾਜੀ। ਤੁਸੀਂ ਸਮਾਨ 7000 ਤੋਂ ਉੱਪਰ ਕੋਈ ਵੀ ਆਈਟਮ ਸਾਡੀ ਦੁਕਾਨ ਤੋਂ ਲੈਣੀ ਹੈ ਨਾ, ਹਰ ਆਈਟਮ ਦੀ ਕਿਸ਼ਤ ਹੋ ਜਾਣੀ। ਕੋਈ ਵੀ ਫ੍ਰਿਜ ਲੈ ਲਓ, ਕਿਸੇ ਦੀ ਵਾਰੰਟੀ 5 ਸਾਲ ਹੁੰਦੀ ਹੈ, ਕਿਸੇ ਦੀ 10 ਸਾਲ ਹੁੰਦੀ ਹੈ ਜੀ, 20 ਸਾਲ ਦੀ ਕੰਪਰੈਸ਼ਰ ਦੀ ਵਾਰੰਟੀ ਹੈ ਜੀ, ਇੰਨੀ ਗਾਰੰਟੀ ਕੋਈ ਕੰਪਨੀ ਨਹੀਂ ਦਿੰਦੀ ਜੀ। ਅਸੀਂ ਤਾਂ ਘਰ 'ਚ ਟੀਵੀ ਲਾਉਂਦੇ ਹਾਂ ਭਾਜੀ, ਅਸੀਂ ਉੱਪਰ ਡਿਸ਼ ਜਾਂ ਕੇਬਲ ਲਾਉਂਦੇ ਹਾਂ, ਸੈਮਸੰਗ ਕੰਪਨੀ ਦਾ ਤੁਸੀਂ ਕੋਈ ਵੀ ਮਾਡਲ ਲੈ ਲਓ, ਤੁਹਾਨੂੰ ਉੱਪਰ ਡਿਸ਼ ਕੇਬਲ ਲਾਉਣ ਦੀ ਲੋੜ ਨਹੀਂ ਪੈਣੀ, ਸਿੰਪਲ ਵਾਈਫਾਈ ਨਾਲ ਅਟੈਚ ਕਰੋ, 100 ਤੋਂ ਉੱਪਰ ਚੈਨਲ ਜਿਹੜਾ ਹੈਗਾ ਟੀਵੀ ਦੇ ਵਿੱਚੇ ਚੱਲੂਗਾ। ਐਕਸਟੈਂਡ ਕਰਨਾ ਹੈ ਨਾ ਆਪਣਾ, ਚੇਂਜ ਕਰਨੀ ਹੈਗੀ ਆਪਣੀ ਲਾਈਫ ਸਟਾਈਲ ਚੇਂਜ ਕਰਨਾ, ਤਾਂ ਦੇਖੋ ਭਾਈ ਇਦਾਂ ਦੇ ਬੈੱਡ ਤੁਹਾਨੂੰ ਰੱਖਣੇ ਪੈਣੇ ਹੈਗੇ ਆ। ਇਹਦੇ ਨਾਲ ਆ ਦੇਖੋ ਬੈੱਡ ਹੈਗਾ, ਆ ਤੁਸੀਂ ਨਾਲ ਐਕਸਟਰਾ ਇਹਦੇ ਨਾਲ ਲੱਗੀ ਹੋਈ ਆ, ਤੁਸੀਂ ਸਫਾਈ ਸੂਈ ਕਰਨੀ ਅੱਗੇ ਪਿੱਛੇ ਵੀ ਇਹਨੂੰ ਕਰ ਸਕਦੇ ਹੈਗੇ ਆ। ਲੋਹਾ ਬੜਾ ਮਾੜਾ ਹੁੰਦਾ, ਲੋਹਾ ਮਜ਼ਬੂਤ ਲੱਗਾ ਹੈ ਭਾਜੀ, ਕੁਆਂਟਲ ਕੁਆਂਟਲ ਤੱਕ ਵੀ ਅਲਮਾਰੀ ਮੇਰੇ ਕੋਲ ਪਈ ਹੋਈ ਹੈ ਭਾਜੀ। ਲੁੱਕ ਬਹੁਤ ਸੋਹਣੀ ਆ, ਤੇ ਜਿਨ੍ਹਾਂ ਦੇ ਵੱਡੇ ਪਰਿਵਾਰ ਆ, ਫੈਮਲੀਆਂ ਵੱਡੀਆਂ, ਤੁਸੀਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵੀ ਹੈਗੇ ਆ, ਤੇ ਤੁਹਾਡੇ ਮਤਲਬ ਦੀ ਚੀਜ਼ਾਂ ਆ। ਆਪਾਂ ਬ੍ਰਾਂਡਾਂ ਦੀ ਗੱਲ ਕਰ ਲਈਏ, ਸੈਮਸੰਗ ਦੇ ਵਿੱਚ ਹੈਗੇ ਆ, ਹੋਰ ਬਹੁਤ ਸਾਰੇ ਬ੍ਰਾਂਡ ਹੈਗੇ ਆ। ਜਿਹੜਾ ਹੈਗਾ 9 ਕਿਲੋ ਦੀ ਕਪੈਸਿਟੀ ਆ, ਹਾਂਜੀ, ਇਹਦੇ ਵਿੱਚ ਪਾਣੀ ਸਰਫ ਇਹਨੇ ਸਾਰਾ ਆਪਣੇ ਆਪ ਹੀ ਲੈਣਾ ਜੀ, ਹੀਟਰ ਦੇ ਵਿੱਚ ਲੱਗਾ ਹੋਇਆ ਵਾ, ਜੇ ਤੁਸੀਂ ਪਾਣੀ ਗਰਮ ਵੀ ਕਰਨਾ ਚਾਹੋ। ਇਹ ਵੀ ਜਿਹੜਾ ਹੈਗਾ 5-star ਰੇਟਿੰਗ ਆ, 20 ਸਾਲ ਦੀ ਇਹਦੀ ਵੀ ਮੋਟਰ ਦੀ ਵਾਰੰਟੀ ਆ ਭਾਜੀ। ਤੁਹਾਨੂੰ ਗੱਦੇ ਦੀ ਵੀ ਲੋੜ ਨਹੀਂ ਹੈਗੀ, ਗੱਦਾ ਨਾਲੇ ਉੱਤੇ ਆ ਲਓ, ਇਹ ਤੁਹਾਡਾ ਸੋਫਾ ਹੁਣ ਬੈੱਡ ਬਣ ਗਿਆ। ਕੋਈ ਮੇਨ ਇਹ ਵੀ ਤੁਸੀਂ ਚੈੱਕ ਕਰ ਲਓ, ਇਹਦੇ ਵਿੱਚ ਉਹ ਵੀ ਹੈਗੇ, ਡਰੋਅ ਵੀ ਹੈਗੇ ਆ, ਤੁਸੀਂ ਆਪਣੀ ਸਟੋਰੇਜ ਕਰਨੀ ਆ ਉਹ ਵੀ ਇਹਦੇ ਵਿੱਚ ਕਰ ਸਕਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹਮੇਸ਼ਾ ਹੀ ਦੀਵਾਲੀ ਦੇ ਉੱਤੇ ਤੁਸੀਂ ਲੋਕਾਂ ਨੂੰ ਖੁਸ਼ ਕਰ ਦਿੰਦੇ ਆ। ਬਿਲਕੁਲ ਬਿਲਕੁਲ ਬਾਈ, ਤੇ ਹਮੇਸ਼ਾ ਹੀ ਸਾਡੇ ਦਰਸ਼ਕ ਵੀ ਚਾਹੁੰਦੇ ਆ ਵੀ ਤੁਸੀਂ ਉੱਥੇ ਜ਼ਰੂਰ ਜਾ ਕੇ ਆਓ। ਹਾਂਜੀ ਬਿਲਕੁਲ, ਅੱਜ ਅਸੀਂ ਪਹੁੰਚ ਗਏ ਆ, ਸਾਰੀ ਗੱਲ ਕਰਾਂਗੇ। ਪਰ ਹੁਣ ਆਪਾਂ ਫਰਿੱਜਾਂ ਦੇ ਕੋਲ ਹੀ ਖੜੇ ਆ, ਮੈਨੂੰ ਦੱਸੋ ਵੀ ਕਿਹੜੀਆਂ-ਕਿਹੜੀਆਂ ਆਫਰਾਂ ਚੱਲ ਰਹੀਆਂ ਤੇ ਕੀ ਡੀਲਸ ਹੈਗੀਆਂ। ਭਾਜੀ ਆਫਰਸ ਤਾਂ ਤੁਸੀਂ ਕਹਿ ਲਓ ਵੀ ਹਰ ਪ੍ਰੋਡਕਟ ਦੇ ਨਾਲ, ਹਰ ਕੰਪਨੀ ਦੇ ਨਾਲ ਆਫਰਸ ਹੈਗੀਆਂ ਜੀ। ਜੀ ਹੁਣ ਜਦੋਂ ਅਸੀਂ ਮੰਨ ਕੇ ਚੱਲੀਏ ਭਾਜੀ, ਜਿਹੜਾ ਫਰਿੱਜ ਆ ਜੀ, ਆਮ ਤੇ ਤੁਸੀਂ ਫਰਿੱਜ ਦੇਖੋ ਤੇ ਇਹ ਜਿਹੜਾ ਹੈਗਾ LG ਕੰਪਨੀ ਦਾ ਫਰਿੱਜ ਆ ਜੀ, ਨਾ ਸਾਈਜ਼ ਵੀ ਵੱਡਾ ਹੈ ਤੇ 10 ਸਾਲ ਦੀ ਇਹਦੀ ਕੰਪਰੈਸ਼ਰ ਦੀ ਗਾਰੰਟੀ ਹੈ ਜੀ। ਜੀ 10 ਸਾਲ ਦੀ ਇਹ ਜਿਹੜਾ ਮਾਡਲ ਹੈਗਾ ਵਾ ਉਦਾਂ ਰੇਟ ਇਹਦਾ ਜਿਹੜਾ ਹੈਗਾ 14000 ਰੁਪਏ ਜੀ। ਜੀ ਹੁਣ ਦੇ ਰੇਟ ਦੇ ਵਿੱਚ ਤੁਹਾਨੂੰ ਆਪਾਂ ਜਿਹੜਾ ਹੈਗਾ 10990 ਰੁਪਏ ਦਾ LG ਕੰਪਨੀ ਦਾ ਫ੍ਰਿਜ ਮਿਲੂਗਾ। ਤੁਸੀਂ LG ਦੇ ਵਿੱਚ ਲੈ ਕੇ ਜਾ ਸਕਦੇ ਆ, ਤੁਸੀਂ ਗੋਦਰੇਜ ਦੇ ਵਿੱਚ ਲੈ ਕੇ ਜਾ ਸਕਦੇ ਆ, ਸੈਮਸੰਗ ਦੇ ਵਿੱਚ ਲੈ ਕੇ ਜਾ ਸਕਦੇ ਆ, ਕੈਲਵੀਨੇਟਰ ਦੇ ਵਿੱਚ ਲੈ ਕੇ ਜਾ ਸਕਦੇ ਆ, ਮਤਲਬ ਬਿਲਕੁਲ ਭਾਜੀ। ਜਿਹੜਾ ਇਹ ਹੈਗਾ ਨਾ ਮਾਡਲ ਸਿੰਗਲ ਡੋਰ ਦੇ ਵਿੱਚ ਹੈਗਾ, 250 ਲੀਟਰ ਦੀ ਕਪੈਸਿਟੀ ਹੈ ਜੀ। ਹੁਣ ਇਹਦੇ ਵਿੱਚ ਖੂਬੀਆਂ ਕੀ ਹੈਗੀਆਂ, ਜਿੱਦਾਂ ਹੁਣ ਤੁਸੀਂ ਕੋਈ ਵੀ ਫ੍ਰਿਜ ਲਾ ਲਓ, ਕਿਸੇ ਦੀ ਵਾਰੰਟੀ 5 ਸਾਲ ਹੁੰਦੀ ਹੈ, ਕਿਸੇ ਦੀ 10 ਸਾਲ ਹੁੰਦੀ ਹੈ ਜੀ, 20 ਸਾਲ ਦੀ ਕੰਪਰੈਸ਼ਰ ਦੀ ਵਾਰੰਟੀ ਹੈ ਜੀ, ਇੰਨੀ ਗਾਰੰਟੀ ਕੋਈ ਕੰਪਨੀ ਨਹੀਂ ਦਿੰਦੀ ਜੀ। ਉਹ ਤੋਂ ਬਾਅਦ ਤੁਸੀਂ ਇਹਨੂੰ ਇਨਵਰਟਰ ਤੇ ਚਲਾਉਣਾ, ਇਨਵਰਟਰ ਤੇ ਵੀ ਚੱਲਦੀ ਹੈ ਜੀ, 17 ਤੋਂ 20 ਘੰਟੇ ਲਗਾਤਾਰ ਲਾਈਟ ਨਹੀਂ ਆਉਂਦੀ। ਇਹ ਕੂਲ ਪੈਕ ਨੇ, ਅੰਦਰ ਪੂਰੀ ਫ੍ਰਿਜ ਜਿਹੜੀ ਆ ਉਹ ਠੰਡੀ ਰੱਖਣੀ ਆ, ਕੋਈ ਸਮਾਨ ਨਹੀਂ ਖਰਾਬ ਹੋਣ ਦੇਊਗੀ ਜੀ। ਕਿੱਦਾਂ ਆਪਰੇਟ ਕਰ ਸਕਦੇ ਬਾਹਰੋਂ ਇਹ ਫ੍ਰਿਜ ਦੀ ਭਾਜੀ ਖਾਸੀਅਤ ਕੀ ਹੈਗੀ ਆ, ਜਿੱਦਾਂ ਆਮ ਫ੍ਰਿਜਾਂ ਹੁੰਦੀਆਂ ਨਾ ਥੱਲੇ ਵਾਲੇ ਪਾਸੇ ਤਾਂ ਅਸੀਂ ਨੋ
बाहर ये टच बटन लगा हुआ है, कूलिंग घटानी वधानी है, बाहरों ही सारा ऑपरेट कर सकते हैं, कोई अंदरों कन्फ्यूजन वाला काम कोई नहीं है, सौखा काम है। देखो तुम एक बार पैसे खर्चने हैं, चंगा ब्रांड लैके जाओ, चंगी क्वालिटी लैके जाओ, 20 साल तक तुहानू टेंशन नहीं हैगी, 20 साल तक दी इह वारंटी दे रहे आ कंप्रेसर दी। इत्थे तक दित्ता जी, बाहर इहदे विच इक एलईडी स्क्रीन लगाती है जी जी। हुण फ्रिज तुहाडा किचन दे विच पिया जी, लेडीज़ ने नाल टीवी भी इंजॉय करना जी, तुसीं इहदे विच यूट्यूब वगैरह चला के जां कोई भी नैटफ्लिक्स अमेज़ॉन तुसीं जो चलाना इहदे विच सिद्धा उह भी तुहाडा चलूगा। इहदे विच है ना तुहानू खोलण दी लोड़ नहीं, इहनू प्रेस करो, इहदे विचों क्रश्ड आइस निकलदी आ, क्यूबड आइस निकलदी आ, ते पानी जे तुसीं लैणा ग्लास रखो ते बाहरों बाहर तुसीं इहनू अपने फोन तो फ्रिज दे कैमरा ऑन करन, ओ सारा देख सकते हैं फ्रिज दे अंदर की समान घटिया ते असीं उहनूं खरीद के घर ले जा सकदे जी। जे घर तों बाहर बाजार च आ तां वी फ्रिज चेक कर सकदे। बिलकुल बिलकुल भाजी, ओ कैमरा लगा होया वा, ਤੁਸੀਂ ਬਾਹਰ ਕਿਸੇ ਦੁਕਾਨ ਤੇ ਖੜੇ ਆ, ਤੁਹਾਨੂੰ ਡਾਊਟ ਆ ਵੀ ਫ੍ਰਿਜ ਦੇ ਵਿੱਚ ਸਾਡੇ ਕੋਲ ਸਮਾਨ ਪਿਆ ਕਿ ਨਹੀਂ ਪਿਆ, ਆਪਣੇ ਫੋਨ ਤੇ ਤੁਸੀਂ ਆਨ ਕਰੋ ਜੀ, ਤੁਹਾਡੇ ਪੂਰਾ ਫ੍ਰਿਜ ਦੀ ਅੰਦਰਲਾ ਜਿਹੜਾ ਵਿਊ ਹੈਗਾ ਤੁਹਾਡੇ ਫੋਨ ਦੇ ਉੱਤੇ ਉਸੇ ਵੇਲੇ ਆ ਜਾਣਾ ਬਾਹਰ ਬੈਠੇ। ਮੈਨੂੰ ਲੱਗਦਾ ਨਹੀਂ ਵੀ ਤੁਸੀਂ ਇਦਾਂ ਦੇ ਫੀਚਰਸ ਵਾਲੀਆਂ ਪਹਿਲਾਂ ਫ੍ਰਿਜਾਂ ਦੇਖੀਆਂ ਹੋਣ। ਸੋ ਜੇ ਆਪਾਂ ਐਲਈਡੀ ਦੀ ਗੱਲ ਕਰਦੇ ਹਾਂ ਨਾ, ਦੀਵਾਲੀ ਦੇ ਵਿੱਚ ਲੋਕਾਂ ਦੇ ਮਨਾਂ 'ਚ ਹੁੰਦੀ ਹੈ ਵੀ ਆਪਾਂ ਐਲਈਡੀ ਲੈਣੀ ਤਾਂ ਦੀਵਾਲੀ 'ਤੇ ਲੈਣੀ ਆ। ਤੁਸੀਂ ਦੇਖ ਲਓ ਵੀ ਕਿੱਡੇ ਵੱਡੇ ਵੱਡੇ ਸਾਈਜ਼ ਆ, ਵੱਡੇ ਬ੍ਰਾਂਡ ਆ, ਚਾਹੇ ਸੈਮਸੰਗ ਦਾ ਲੈ ਲਓ, ਤੁਸੀਂ ਐਮਆਈ ਦਾ ਲੈ ਲਓ, ਤੁਸੀਂ ਹਿਤੈਸ਼ੀ ਦਾ ਲੈ ਲਓ, ਹੋਰ ਬਹੁਤ ਸਾਰੇ ਬ੍ਰਾਂਡ ਆ ਭਾਜੀ। 32 ਇੰਚ ਐਲਈਡੀ ਦੀ ਗੱਲ ਕਰ ਲਈਏ ਤਾਂ ਕੋਈ ਕਹਿੰਦਾ ਅਸੀਂ 9500 ਤੋਂ ਸ਼ੁਰੂ ਕਰਦੇ ਹਾਂ, ਕੋਈ ਕਹਿੰਦਾ 85 ਤੋਂ ਸ਼ੁਰੂ ਕਰਦੇ ਹਾਂ, ਕੀ ਪ੍ਰਾਈਸ ਹੈਗਾ 32 ਇੰਚ? ਭਾਜੀ ਸਾਡੇ ਕੋਲ ਜਿਹੜੀ 32 ਇੰਚ ਦੀ ਐਲਈਡੀ ਹੈ ਨਾ ਭਾਜੀ, 6290 ਰੁਪਏ ਤੋਂ ਸ਼ੁਰੂ ਹੈ ਜੀ। 32 ਇੰਚ ਦੀ ਐਲਈਡੀ ਹੈ ਜੀ, 6290 ਰੁਪਏ ਦੀ ਭਾਜੀ, ਫੁੱਲ ਐਚਡੀ ਹੈ। ਤੁਹਾਡੇ ਲਈ ਇੱਕ ਹੋਰ ਆਫਰ ਲਾ ਦਿੱਤੀ ਆ, 18 ਅਕਤੂਬਰ ਤੋਂ ਸੇਲ ਇੱਥੇ ਸ਼ੁਰੂ ਆ, ਉਸ ਤੋਂ ਬਾਅਦ ਤੁਸੀਂ ਆ ਕੇ ਆਪਣਾ ਜਿਹੜਾ ਕਿ ਲੈ ਜਾਓ, ਰੇਟ ਬਹੁਤ ਘੱਟ ਹੈਗੇ ਆ ਭਾਜੀ। ਮੈਂ ਆਹ ਦੇਖ ਰਿਹਾ ਵੀ ਇੱਕ ਅਲਟਰਾ ਜਿਹੜੀ ਲੁੱਕ ਆ ਰਹੀ ਹੈ ਜੀ ਬੜੀ। ਇਹ ਜਿਹੜੀ ਭਾਜੀ ਸੈਮਸੰਗ ਕੰਪਨੀ ਦੀ ਐਲਈਡੀ ਹੈ ਜੀ, ਇਹਦੇ ਵਿੱਚ ਖਾਸੀਅਤ ਕੀ ਹੈਗੀ, ਇੱਕ ਤਾਂ ਕੰਪਨੀ ਵੱਲੋਂ ਵਾਰੰਟੀ ਵੀ ਜਿਹੜੀ ਇਹਦੀ ਹੈਗੀ 3 ਸਾਲ ਦੀ ਵਾਰੰਟੀ ਮਿਲ ਰਹੀ ਹੈ ਜੀ। ਉਸ ਤੋਂ ਬਾਅਦ ਇਹਦੀ ਕਲੈਰਿਟੀ ਇੰਨੀ ਕੁ ਜ਼ਬਰਦਸਤ ਆ, ਔਰ ਮੇਨ ਜਿਹੜੇ ਭਾਜੀ ਫੀਚਰ ਇਹਦੇ ਵਿੱਚ ਜਿਹੜੇ ਹੈਗੇ ਆ, ਉਹ ਸਿਰਫ ਇਸ ਮਾਡਲ 'ਚ ਨਹੀਂ ਹੈਗੇ। ਆਮ ਅਸੀਂ ਜਿੱਦਾਂ ਘਰ 'ਚ ਟੀ ਵੀ ਲਾਉਂਦੇ ਹਾਂ ਭਾਜੀ, ਅਸੀਂ ਉੱਪਰ ਡਿਸ਼ ਜਾਂ ਕੇਬਲ ਲਾਉਂਦੇ ਹਾਂ, ਸੈਮਸੰਗ ਕੰਪਨੀ ਦਾ ਤੁਸੀਂ ਕੋਈ ਵੀ ਮਾਡਲ ਲੈ ਲਓ, ਤੁਹਾਨੂੰ ਉੱਪਰ ਡਿਸ਼ ਕੇਬਲ ਲਾਉਣ ਦੀ ਲੋੜ ਨਹੀਂ ਪੈਣੀ। ਸਿੰਪਲ ਵਾਈਫਾਈ ਨਾਲ ਅਟੈਚ ਕਰੋ, 100 ਤੋਂ ਉੱਪਰ ਚੈਨਲ ਜਿਹੜਾ ਹੈਗਾ ਟੀਵੀ ਦੇ ਵਿੱਚੇ ਚੱਲੂਗਾ। ਅੱਛਾ, ਵਾਈਫਾਈ ਦੇ ਨਾਲ ਵੀ ਅਟੈਚ ਹੈਗੀ? ਵਾਈਫਾਈ ਨਾਲ ਅਟੈਚ ਕਰ ਦੇਣਾ ਜੀ, ਮਤਲਬ ਕੇਬਲ ਦੀ ਲੋੜ ਨਹੀਂ? ਨਹੀਂ ਲੋੜ ਭਾਜੀ, ਵਾਈਫਾਈ ਨਾਲ ਅਟੈਚ ਕਰੋ, 100 ਤੋਂ ਉੱਪਰ ਚੈਨਲ ਜਿਹੜਾ ਤੁਹਾਡਾ ਹੈਗਾ ਸਾਰੀ ਉਮਰ ਲਈ ਉਹ ਚੈਨਲ ਜਿਹੜੇ ਫ੍ਰੀ ਚੱਲੂਗੇ, 100 ਤੋਂ ਉੱਪਰ ਚੈਨਲ। ਸਮਾਰਟ ਟੀਵੀ ਤੁਹਾਨੂੰ ਦਿਖਾਤਾ ਅਸੀਂ, ਵਾਇਰਲੈਸ ਤੁਸੀਂ ਵਾਈਫਾਈ ਦੇ ਚਲਾ ਸਕਦੇ ਆ, 100 ਚੈਨਲ ਫ੍ਰੀ ਆ, ਨਾ ਤੁਹਾਨੂੰ ਡਿਸ਼ ਟੀਵੀ ਦੀ ਲੋੜ ਆ, ਨਾ ਤੁਹਾਨੂੰ ਕੇਬਲ ਦੀ ਲੋੜ ਆ, ਇਹ ਤੁਸੀਂ ਲੈ ਕੇ ਜਾ ਸਕਦੇ ਆ। ਔਰ ਸੈਮਸੰਗ ਦੇ ਵਿੱਚ ਕੱਲਾ ਇਹ ਜਿਹੜਾ ਫੀਚਰ ਆ 100 ਚੈਨਲ ਵਾਲਾ ਇਸ ਟੀਵੀ 'ਚ ਨਹੀਂ ਹੈਗਾ, ਤੁਸੀਂ ਸੈਮਸੰਗ ਦਾ ਸਾਡੇ ਕੋਲੋਂ 32 ਇੰਚ ਲੈ ਲਓ, ਇਹ 'ਚ ਵੀ ਤੁਹਾਨੂੰ ਉਹੀ ਫੀਚਰ ਦੇਵਾਂਗੇ, ਚਾਹੇ ਤੁਸੀਂ 43 ਲੈ ਲਓ, ਚਾਹੇ 50 ਲੈ ਲਓ, ਚਾਹੇ ਜਿਹੜਾ ਮਰਜ਼ੀ ਮਾਡਲ ਲੈ ਲਓ, ਫੀਚਰ ਸਾਰਿਆਂ ਦੇ ਵਿੱਚ ਹੈਗਾ ਜੀ। ਭਾਜੀ ਇਹ ਕਿਹੜਾ ਸਾਈਜ਼ ਆ, ਇਹ ਬ੍ਰਾਂਡ ਵਾਈਜ਼ ਦੱਸ ਦਿਓ? ਇਹ ਭਾਜੀ ਜਿਹੜਾ ਹੈਗਾ ਹਿਤਾਇਸ਼ੀ ਕੰਪਨੀ ਦਾ ਟੀਵੀ ਹੈਗਾ, ਇਹ ਬਹੁਤ ਜ਼ਬਰਦਸਤ ਟੀਵੀ ਹੈ ਜੀ। ਇਹਦੇ ਵਿੱਚ ਖਾਸੀਅਤ ਕੀ ਹੈਗੀ ਹੈ, ਇੱਕ ਤਾਂ ਇਹਦੀ ਸਕਰੀਨ ਦੇ ਉੱਤੇ ਡਬਲ ਗਲਾਸ ਲੱਗਾ ਹੋਇਆ ਵਾ, ਇਹਨੂੰ ਕੋਈ ਵੀ ਸੱਟ ਚੋਟ ਲੱਗੀ ਜਾਵੇ ਇਹਨੂੰ ਕੋਈ ਵੀ ਫਰਕ ਨਹੀਂ ਪੈਂਦਾ ਭਾਜੀ, 3 ਸਾਲ ਦੀ ਇਹਦੀ ਵਾਰੰਟੀ ਆ। ਸਾਈਜ਼ ਇਹਦੇ ਵਿੱਚ ਜਿਹੜਾ ਤੁਸੀਂ ਕਹੋਗੇ 32 ਇੰਚ ਕਹੋ, 43 ਕਹੋ, 50 ਕਹੋ, 55 ਕਹੋ, ਸਾਰੇ ਸਾਈਜ਼ ਆਪਣੇ ਕੋਲ ਇਹਦੇ ਅਵੇਲੇਬਲ ਹੈ ਭਾਜੀ, ਤੇ ਇਹ ਮਾਡਲ ਇਸ ਟਾਈਮ ਬਹੁਤ ਚੱਲਦਾ ਪਿਆ ਭਾਜੀ। ਤੇ ਖਾਸ ਤੌਰ ਤੇ ਦੀਵਾਲੀ ਦਾ ਤਿਉਹਾਰ ਹੈ, ਆਫਰਸ ਵੀ ਦੱਸੋ ਨਾ, ਕੀ ਆਫਰਸ ਹੈ? ਆਫਰਸ ਭਾਜੀ ਮਾਰ ਕੇ ਜਿੱਦਾਂ ਹੁਣ ਤੁਸੀਂ ਹਿਤਾਇਸ਼ੀ ਦਾ ਜਿਹੜਾ 50 ਇੰਚ ਜਾਂ 50 ਇੰਚ ਤੋਂ ਉੱਪਰਲਾ ਕੋਈ ਵੀ ਮਾਡਲ ਲੈਣੇ ਆ ਭਾਜੀ, ਤੇ ਉਹਦੇ ਨਾਲ ਤੁਹਾਨੂੰ ਆਹ ਸਾਊਂਡ ਬਾਰ ਜਿਹੜਾ ਹੈਗਾ ਹਿਤਾਇਸ਼ੀ ਕੰਪਨੀ ਦਾ, ਇਹ ਬਿਲਕੁਲ ਫ੍ਰੀ ਦਿੱਤਾ ਜਾਊਗਾ। 50 ਇੰਚ, 55 ਇੰਚ, 65 ਇੰਚ, ਇਹ ਸਾਰੇ ਮਾਡਲ ਨਾਲ ਤੁਹਾਨੂੰ ਸਾਊਂਡ ਬਾਰ ਜਿਹੜੀ ਆ ਫ੍ਰੀ ਦਿੱਤੀ ਜਾਊਗੀ। ਦੇਖੋ ਜੀ ਇਹਦੀ ਪ੍ਰਾਈਸ ਮਾਰਕੀਟ ਦੇ ਵਿੱਚ 8000 ਤੋਂ ਲੈ ਕੇ 10000 ਮੰਨੀ ਜਾਂਦੀ ਆ। ਤੁਸੀਂ ਇਹ ਐਲਈਡੀ ਲੈ ਲਓ, ਇਹਦੇ ਨਾਲ ਸਾਊਂਡ ਬਾਰ ਤੁਹਾਨੂੰ ਫ੍ਰੀ ਮਿਲਣੀ ਹੈਗੀ ਆ। ਵੈਸੇ ਵੀ ਤੁਸੀਂ ਇੱਥੋਂ ਐਲਈਡੀ ਕੋਈ ਵੀ ਲੈ ਲਓ, ਤੁਹਾਨੂੰ ਹਰ ਇੱਕ ਐਲਈਡੀ ਲੈਣ ਦੇ ਨਾਲ ਗਿਫਟ ਮਿਲਣਾ ਆ। ਇਹਨਾਂ ਨੇ ਇੱਕ ਬਹੁਤ ਸੋਹਣਾ ਜਿਹੜਾ ਕਿ ਸਕਰੈਚ ਕਾਰਡ ਸਕੀਮ ਚਲਾਈ ਹੋਈ ਆ। ਤੁਸੀਂ ਇੱਥੇ ਆਉਣਾ, ਦੇਖੋ ਵੰਪਰ ਪ੍ਰਾਈਜ਼ ਜਿੱਥੇ ਤੁਸੀਂ ਸਕਰੈਚ ਕਰਨਾ ਅਤੇ ਤੁਹਾਨੂੰ ਸ਼ੋਰਟ ਗਿਫਟ ਮਿਲਣੇ ਆ। ਇਹਦੇ ਵਿੱਚ ਬਹੁਤ ਸਾਰੇ ਗਿਫਟ ਤਾਂ ਹੈਗੇ ਆ, ਛੋਟੇ ਗਿਫਟ ਨੇ ਨਾਲ ਨਾਲ, ਆਹ ਦੇਖੋ ਵੱਡੇ ਗਿਫਟ, ਤੁਸੀਂ ਪਲੈਟੀਨਾ ਮੋਟਰਸਾਈਕਲ ਵੀ ਜਿੱਤ ਸਕਦੇ ਹੋ, ਤੁਸੀਂ ਸੋਫਾ ਸੈੱਟ ਵੀ ਜਿੱਤ ਸਕਦੇ ਹੋ, ਡਬਲ ਬੈੱਡ ਜਿੱਤ ਸਕਦੇ ਹੋ, 43 ਇੰਚ ਦੀ ਐਲਈਡੀ ਵੀ ਜਿੱਤ ਸਕਦੇ ਆ। ਤੁਸੀਂ ਜਿਹੜਾ ਮਰਜ਼ੀ ਸਮਾਨ ਲੈ ਲਓ, ਵਾਸ਼ਿੰਗ ਮਸ਼ੀਨ ਲੈ ਲਓ, ਬੈੱਡ ਲੈ ਲਓ, ਸੋਫੇ ਲੈ ਲਓ, ਫਰਿੱਜਾਂ ਲੈ ਲਓ, ਐਲਈਡੀ ਲੈ ਲਓ, ਤੁਹਾਨੂੰ ਸਕਰੈਚ ਕਾਰਡ ਦੇ ਵਿੱਚ ਜਿਹੜਾ ਕਿ ਪੱਕਾ ਗਰੰਟੀ ਵਾਲਾ ਗਿਫਟ ਇਹ ਤੋਂ ਮਿਲਣਾ ਹੈਗਾ। ਭਾਜੀ ਆਹ ਮੈਂ ਇਹ ਦੇਖ ਰਿਹਾ ਵੀ ਤੁਹਾਡੇ ਕੋਲ ਸਾਈਜ਼ ਸਾਰੇ ਆ, ਬਹੁਤ ਸਾਰੇ ਸਟੋਰਾਂ ਦੇ ਜਾਂਦੇ, ਸਾਈਜ਼ ਨਹੀਂ ਸਾਰੇ? ਹਾਂਜੀ ਨਹੀਂ, ਆਮ ਕਈ ਦੇਖਦੇ ਆ ਵੀ ਕਈ 40 ਇੰਚ 43 ਇੰਚ ਤੋਂ ਬਾਅਦ ਕੋਈ ਐਲਈਡੀ ਨਹੀਂ ਰੱਖਦਾ ਭਾਜੀ। ਸਾਡੇ ਕੋਲ ਤੁਸੀਂ 43, 50, 55, 65 ਇੰਚ, 70 ਇੰਚ, 75 ਇੰਚ ਤੱਕ ਵੀ ਤੁਸੀਂ ਐਲਈਡੀ ਲੈਣੀ ਆ, ਸਾਡੇ ਕੋਲ ਸਾਰੀ ਐਲਈਡੀ ਦੇ ਮਾਡਲ ਸਾਈਜ਼ ਅਵੇਲੇਬਲ ਆ ਸਾਰੇ ਭਾਜੀ। ਜਿਹੜੀ ਹੈਗੀ ਆ ਭਾਜੀ ਖੇਤਾਨ ਕੰਪਨੀ ਦੀ ਮਸ਼ੀਨ ਆ ਜਾਣੀ ਆ ਜੀ। ਇਹਦੇ ਵਿੱਚ ਇੱਕ ਪਾਸਾ ਇਹਦਾ ਧੋਣੇ ਵਾਲਾ ਸਿਸਟਮ ਆ ਗਿਆ ਜੀ, ਇੱਕ ਪਾਸਾ ਨਾਲ ਇਹਦੇ ਸਪਿਨਰ ਆ ਗਿਆ ਜੀ। 7.5 ਕਿਲੋ ਦਾ ਸਾਈਜ਼ ਆ, ਮਤਲਬ ਸੁੱਕੇ ਕੱਪੜਿਆਂ ਦਾ 7.5 ਕਿਲੋ ਵਜ਼ਨ ਆਪਾਂ ਇਹਦੇ ਵਿੱਚ ਕੱਪੜੇ ਪਾ ਸਕਦੇ ਹਾਂ ਜੀ।
तो अगर तुम मॉडल ए वाला लेना है जी, यह अच्छे मतलब ऑफर रेट के जो है 6750 रुपए की वॉशिंग मशीन जी दव पहला की होंगे जो अभी कपड़े कितने धोने हैं तो सूँ आह वाले ढक्कन चक के कितना ना कि साइड पर रखने पैंते हूँ जो नव मॉडल आ गया ये की आ ढक्कन चक थल का काम खत्म हो गया जी तुम इन इदी सिंपली यूज़ करो ढक्कन फिक्स है नाल आ सुकाने वाला आ गया जी तो आ धोने वाला आ गया जी और जोड़े उपर आह चीज़ा है ना भाजी ये सारे टफन गलास आ ना कोई टुटन भजन का डर है भाजी बॉडी के कलर भी सोहने आ गए नाले मेन गल आ 5-star आ भाजी की भाजी जो है 9 किलो यदि कपैसिटी है ये पानी सर्फ इन्हें सारा अपने आप ही लेना जी हीटर ये लगा हुआ वा जे तुम पानी गर्म भी करना चाहते तो पानी गर्म भी होंगे आ जी मॉडल ये भी जोड़ा है 5-star रेटिंग आ 20 साल की यदि भी मोटर की वारंटी है भाजी देखने आप गल करिए भी कला सैमसंग नहीं ब्रांड है तुम आ वीडियो मार के दिखाओ इन्हों सारा एल जी कैलवीनेटर गोदरेज BPL जिहड़ा मर्जी तुसीं ब्रांड कहोगे सारे ब्रांड अपने को अवेलेबल इत्थे डिस्प्ले ते आ भाजी जी 7 किलो लै लो 8 किलो लै लो जी 9 किलो साइज हैगा 10 किलो हैगा साइज जिहड़ा तुसीं कहोगे अपने को सारियां कंपनियां और सारे साइज जिहड़े आ अवेलेबल है भाजी बहुत सोहणे ब्रांड आ भाजी इहदे बारे भी दस्सो कित्थों इहदे विच जिहड़ा माइक्रोवेव हैगा अपने जदों आ हैगा भाजी वोल्टस कंपनी दा माइक्रोवेव हैगा जी ये भी मॉडल वधिया आ तुसीं कोई भी अपना घर का खाना वगैरह गर्म करना तो ईजीली ये हो जाता जी ये जो है 4500 रुपए तो माइक्रोवेव जो है अपने को स्टार्ट है भाजी स्टार्टिंग जिदा हम देखो मान लो कंपनी का आप एसी लैना कैलवीनेटर कंपनी के एसी है भाजी यही जो एसी आ गर्मियों के 32000 रेट से जी अज तुम फेस्टिवल ऑफर है 26500 का एसी ला के देवे देखो 6000 रुपए का फर्क असी पाता बाजार नो एक एसी लिया 6000 रुपये बचाता सो देखो जेडे बच्चे पढ़ते हैं जी ऑफिस लैपटॉप लाने ना आ देखो लैपटॉप के दे भी बड़े ब्रांड तुम HP का ले लो ਤੁਸੀਂ ਆ ਵੀ ਬ੍ਰਾਂਡ ਦੇਖ ਲੈ ਨੋਵੋ ਦਾ ਨੋਵੋ ਦਾ ਹਨਾ ਡੈਲ ਦਾ ਲੈਣਾ ਡੈਲ ਦਾ ਵੀ ਭਾਜੀ ਇਹਦੇ ਤੇ ਵੀ ਕਿਸ਼ਤਾਂ ਹੋ ਜਾਂਦੀਆਂ ਭਾਜੀ ਤੁਸੀਂ ਸਮਾਨ 7000 ਤੋਂ ਉੱਪਰ ਕੋਈ ਵੀ ਆਈਟਮ ਸਾਡੀ ਦੁਕਾਨ ਤੋਂ ਲੈਣੀ ਹੈ ਨਾ ਹਰ ਆਈਟਮ ਦੀ ਕਿਸ਼ਤ ਹੋ ਜਾਣੀ ਹੈ ਭਾਜੀ ਦੇਖੋ ਲੈਪਟਾਪ ਦੇ ਨਾਲ ਤੁਸੀਂ ਸਮਾਰਟਫੋਨ ਚਾਹੇ ਤੁਸੀਂ ਓਪੋ ਲੈ ਲਓ ਤੁਸੀਂ ਵੀਵੋ ਲੈ ਲਓ ਸੈਮਸੰਗ ਲੈ ਲਓ ਬਹੁਤ ਸਾਰੇ ਬ੍ਰਾਂਡ ਹੈਗੇ ਆ ਤੁਸੀਂ ਜਿਹੜੇ ਮੋਬਾਈਲ ਫੋਨ ਵੀ ਇੱਥੋਂ ਆਸਾਨ ਕਿਸ਼ਤਾਂ ਲੈ ਕੇ ਜਾ ਸਕਦੇ ਆ ਗਰੰਟੀ ਇਹ ਵੀ ਆ ਵੀ ਤੁਹਾਨੂੰ ਪ੍ਰਾਈਸ ਅਸੀਂ ਉਹ ਦਵਾਂਗੇ ਜਿਹੜਾ ਨਹੀਂ ਮਿਲਣਾ ਇਸ ਤੋਂ ਇਲਾਵਾ ਦੇਖੋ ਤੁਸੀਂ ਇਨਵਰਟਰ ਬੈਟਰੀਆਂ ਲੈਣੀਆਂ ਬਹੁਤ ਵੱਡਾ ਬ੍ਰਾਂਡ ਹੈਗਾ ਲਾਈਫ ਗਾਰਡ ਜਿਹੜਾ ਕਾਫੀ ਇਹਦੀ ਲਾਈਫ ਵੀ ਹੈਗੀ ਆ ਭਾਜੀ ਇਹਦੇ ਬਾਰੇ ਥੋੜਾ ਦੱਸ ਦਿਓ ਵੀ ਨਾਰਮਲ ਨਾਲੋਂ ਬੈਸਟ ਇਹ ਕੀ ਹੈਗਾ ਇਹਦੇ ਵਿੱਚ ਭਾਜੀ ਆਮ ਬੈਟਰੀਆਂ ਨਾਲੋਂ ਇੱਕ ਤਾਂ ਦਾ ਬੈਕਅਪ ਬਹੁਤ ਹੈ ਜੀ ਬ੍ਰਾਂਡਡ ਇਨਵਰਟਰ ਬੈਟਰੀ ਆ ਜਾਣੀ ਆ ਫਿਰ ਇਹਨਾਂ ਦੀ ਗਰੰਟੀ ਵਾਰੰਟੀ ਹੁਣ ਕਿਸੇ ਦੀ 160 ਐਂਪੀਅਰ ਆ ਗਿਆ 180 ਐਂਪੀਅਰ ਆ ਗਿਆ ਕਿਸੇ ਦੀ 60 ਮਹੀਨੇ ਵਾਰੰਟੀ ਆ ਕਿਸੇ ਦੀ 42 ਮਹੀਨੇ ਵਾਰੰਟੀ ਆ ਇਹਨਾਂ ਦੀ ਗਰੰਟੀ ਵਾਰੰਟੀ ਵੀ ਜ਼ਿਆਦਾ ਤੇ ਇਹਨਾਂ ਦਾ ਬੈਕਅਪ ਵੀ ਬਹੁਤ ਹੈ ਭਾਜੀ ਤੁਸੀਂ ਜੂਸਰ ਮਸ਼ੀਨ ਲੈਣੀਆਂ ਲੈ ਸਕਦੇ ਇੱਥੋਂ ਛੱਤ ਵਾਲੇ ਪੱਖੇ ਲੈ ਸਕਦੇ ਆ ਮਿਕਸੀਆਂ ਲੈ ਸਕਦੇ ਆ ਆ ਦੇਖੋ ਏਅਰ ਫਰਾਇਰ ਹੈਗਾ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਪ੍ਰੈਸਾਂ ਲੈ ਕੇ ਜਾ ਸਕਦੇ ਆ ਕੈਟਰਸ ਲੈ ਕੇ ਜਾ ਸਕਦੇ ਆ ਪ੍ਰੈਸਾਂ ਲੈ ਕੇ ਜਾ ਸਕਦੇ ਆ ਹੋਰ ਵੀ ਸਮਾਨ ਜਿਹੜਾ ਇੱਥੇ ਹੈਗਾ ਤੁਹਾਨੂੰ ਮਿਲ ਜੂਗਾ ਬਾਕੀ ਇਸ ਤੋਂ ਇਲਾਵਾ ਜੂਸਰ ਮਿਕਸਰ ਹੈਵਲਸ ਕੰਪਨੀ ਦੇ ਜੂਸਰ ਮਿਕਸਰ ਜਿੱਦਾਂ ਦਾ ਮਰਜ਼ੀ ਲਾ ਲਓ ਸਾਰਾ ਆਪਣੇ ਕੋਲ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰਾ ਸਮਾਨ ਆਪਣੇ ਕੋਲ ਅਵੇਲੇਬਲ ਹੈ ਭਾਜੀ ਹੁਣ ਚੀਜ਼ਾਂ ਭਾਜੀ ਇਹ ਭਾਜੀ ਆ ਗਿਆ ਜੀ ਜਿੱਦਾਂ ਚੁੱਲ੍ਹਾ ਹੈ ਜੀ ਉੱਪਰ ਇਹਦੇ ਵਿੱਚ ਬਰਨਰ 4 ਬਰਨਰ ਲੱਗੇ ਹੋਏ ਆ ਥੱਲੇ ਜਿੱਦਾਂ ਓਵਨ ਵਗੈਰਾ ਦਾ ਕੰਮ ਕਰਨਾ ਹੈਗਾ ਕੋਈ ਗ੍ਰਿਲ ਵਗੈਰਾ ਦਾ ਕੰਮ ਕਰਨਾ ਉਹ ਚੁੱਲ੍ਹੇ ਦੇ ਵਿੱਚ ਹੀ ਸਾਰਾ ਕੁਝ ਇੱਕੋ ਇੱਕ ਚੁੱਲ੍ਹੇ ਦੇ ਵਿੱਚ ਸਾਰਾ ਸਿਸਟਮ ਭਾਜੀ ਇਨਕਲੂਡਿੰਗ ਹੀ ਆ ਗਿਆ ਜੀ ਦੇਖੋ ਚਿਮਨੀਆਂ ਦੇ ਵਿੱਚ ਵੀ ਦੇਖ ਲਓ ਹਿੰਦਵੇਅਰ ਬਹੁਤ ਵੱਡਾ ਬ੍ਰਾਂਡ ਆ ਚਿਮਨੀਆਂ ਦੇ ਵਿੱਚ ਖਾਸ ਤੌਰ ਤੇ ਇਹਦੇ ਵਿੱਚ ਮਾਡਲ ਵੱਖੋ ਵੱਖਰੇ ਹੈਗੇ ਆ ਗੈਸ ਚੁੱਲ੍ਹੇ ਤੁਸੀਂ 4 ਬਰਨਰ ਵਾਲਾ ਲੈਣਾ ਲੈ ਜਾਓ ਸਿੰਗਲ ਵਾਲਾ ਲੈਣਾ ਲੈ ਜਾਓ ਤੁਸੀਂ 3 ਵਾਲਾ ਲੈਣਾ ਲੈ ਜਾਓ ਆਹ ਦੇਖੋ ਇਹ ਖਾਸ ਤੌਰ ਤੇ ਤੁਹਾਨੂੰ ਰਾਇਲ ਚੀਜ਼ਾਂ ਦਿਖਾ ਰਹੇ ਹਾਂ ਜਿਹੜੇ ਤਕੜੇ ਘਰਾਂ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਅਮੀਰ ਘਰਾਂ 'ਚ ਪਏ ਹੁੰਦੇ ਉਹ ਦਿਖਾਉਂਦੇ ਆ ਆਹ ਵੀ ਚੈੱਕ ਕਰ ਲਓ ਸਾਰੀ ਗਰੰਟੀ ਹੈਗੀ ਹੈ ਟਫਨ ਦੀ ਭਾਜੀ ਗਰੰਟੀ ਟਫਨ ਦੀ ਭਾਜੀ ਸਾਲ ਦੀ ਗਰੰਟੀ ਆ ਬਰਨਰ ਦੀ ਸਾਲ ਦੀ ਗਰੰਟੀ ਆ ਔਰ ਕਿਸੇ ਕਸਟਮਰ ਦਾ ਕੋਈ ਚੁੱਲ੍ਹਾ ਮੰਨ ਲਓ ਕੋਈ ਕੰਪਲੇਂਟ ਵੀ ਆਉਂਦੀ ਆ ਤਾਂ ਕਸਟਮਰ ਨੂੰ ਇੱਥੇ ਲਿਆਉਣ ਦੀ ਲੋੜ ਨਹੀਂ ਪੈਣੀ ਕਸਟਮਰ ਦੇ ਘਰੇ ਕੰਪਨੀ ਦਾ ਬੰਦਾ ਜਾ ਕੇ ਉੱਥੇ ਸਰਵਿਸ ਦਵਾਂਗੇ ਭਾਈ ਤੁਸੀਂ ਤਾਂ ਲੋਕਾਂ ਨੂੰ ਫਸਾਤਾ ਨਾ ਤੁਸੀਂ ਤਾਂ ਰੇਟ ਇੰਨੇ ਵਧੀਆ ਦੇਤੇ ਹੁਣ ਸਮਝ ਨਹੀਂ ਆਉਂਦੀ ਵੀ ਪੁਰਾਣਾ ਸਮਾਨ ਕਿੱਥੇ ਲੈ ਕੇ ਜਾਣੋ ਉਹ ਆਪਣਾ ਪੁਰਾਣਾ ਸਮਾਨ ਭਾਜੀ ਆਪਾਂ ਰੱਖਾਂਗੇ ਕੋਈ ਵੀ ਘਰ ਦਾ ਸਮਾਨ ਪੁਰਾਣਾ ਹੋਵੇ ਇਲੈਕਟ੍ਰੋਨਿਕਸ ਦਾ ਫਰਨੀਚਰ ਦਾ ਸਾਰਾ ਅਸੀਂ ਪੁਰਾਣਾ ਸਮਾਨ ਰੱਖਾਂਗੇ ਜੀ ਚਲੋ ਜੀ ਇੱਥੇ ਇੱਕ ਹੋਰ ਐਕਸਚੇਂਜ ਆਫਰ ਲੱਗ ਚੁੱਕੀ ਆ ਤੁਹਾਡੇ ਘਰ ਦੇ ਵਿੱਚ ਪੁਰਾਣੀ ਫਰਿੱਜ ਹੈਗੀ ਆ ਵਾਸ਼ਿੰਗ ਮਸ਼ੀਨ ਆ ਬੈੱਡ ਸੋਫੇ ਮਤਲਬ ਕੋਈ ਵੀ ਪੁਰਾਣਾ ਸਮਾਨ ਹੈਗਾ ਤੁਸੀਂ ਇੱਥੇ ਲਿਆਓ ਵਧੀਆ ਪ੍ਰਾਈਸ ਤੇ ਰੱਖ ਕੇ ਤੁਹਾਨੂੰ ਨਵਾਂ ਦੇ ਦਿਆਂਗੇ ਮਤਲਬ ਪੁਰਾਣਾ ਸਮਾਨ ਬਦਲ ਕੇ ਤੁਸੀਂ ਨਵਾਂ ਲੈ ਕੇ ਜਾ ਸਕਦੇ ਆ ਭਾਜੀ ਕਿਸੇ ਦੇ ਕੋਲ ਕ੍ਰੈਡਿਟ ਕਾਰਡ ਵੀ ਹੈਗਾ ਤੁਸੀਂ ਵੈਸੇ ਤਾਂ ਕਹਿੰਦੇ ਹੋ ਬਜਾਜ ਦੇ ਉੱਤੇ ਤੁਸੀਂ ਕਰ ਦਿੰਦੇ ਹੋ ਆਸਾਨ ਕਿਸ਼ਤਾਂ ਕ੍ਰੈਡਿਟ ਕਾਰਡ ਦਾ ਵੀ ਜ਼ਮਾਨਾ ਚੱਲਦਾ ਕ੍ਰੈਡਿਟ ਕਾਰਡ ਦੇ ਉੱਤੇ ਕੀ ਆਫਰਾਂ ਕ੍ਰੈਡਿਟ ਕਾਰਡ ਤੇ ਹੋਰ ਫਾਇਦਾ ਕਰਾਂਗੇ ਜੀ ਕਿਸੇ ਕੋਲ ਵੀ HDFC ਕਾਰਡ ਹੋਵੇ ਕ੍ਰੈਡਿਟ SBI ਦਾ ਐਕਸਿਸ ਦਾ ਕਿਸੇ ਵੀ ਬੈਂਕ ਦਾ ਕਾਰਡ ਹੋਵੇ ਉਹਦੇ ਉੱਪਰ ਕਿਸ਼ਤਾਂ ਵੀ ਬਣਾਵਾਂਗੇ ਤੇ ਉਹਦੇ ਉੱਪਰ ਵੱਖਰਾ ਡਿਸਕਾਊਂਟ ਵੀ ਦੇਵਾਂਗੇ ਜੀ ਕੈਸ਼ਬੈਕ ਵੀ ਆ ਜਾਂਦਾ ਜੀ ਮੈਂ ਕਿਹਾ ਜੀ 5 ਤੋਂ 15% ਤੱਕ ਕੈਸ਼ਬੈਕ ਆਊਗਾ ਜੀ ਲਓ ਤੁਸੀਂ ਹੁਣ ਕ੍ਰੈਡਿਟ ਕਾਰਡ ਤੁਹਾਡੇ ਕੋਲ ਹੈਗਾ ਤੇ ਉਹਨੂੰ ਹੁਣ ਵੇਸਟ ਨਾ ਕਰੋ ਆਫਰ ਲੱਗ ਗਈ ਆ ਬਹੁਤ ਵੱਡੀ ਇੱਕ ਤਾਂ ਪੁਰਾਣਾ ਸਮਾਨ ਲੈ ਕੇ ਤੁਸੀਂ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਨਵਾਂ ਦੇ ਦੇਵਾਂਗੇ ਕ੍ਰੈਡਿਟ ਕਾਰਡ ਦੇ ਥਰੂ ਅਸੀਂ ਤੁਹਾਨੂੰ ਕਿਸ਼ਤਾਂ ਬਣਾ ਕੇ ਦੇ ਦੇਵਾਂਗੇ ਮੰਨ ਲਓ ਤੁਸੀਂ ਆ ਫ੍ਰਿਜ ਲੈਣੇ ਆ
5% तो लैके 15% तक कोई भी समान तुम इलैक्ट्रॉनिक ले लो कैशबैक भी थोड़ा आ जाना। मतलब सारे पास्यों तुहाडा मलिक एंटरप्राइजेज फर्नीचर हाउस मालपुर वाले ने फायदा करता वो तुम फायदा चक लो। साढ़े को स्क्रैच कार्ड भी है, तुम इतों आगे समान जो मर्जी लै लो स्क्रैच करना वो अशोर्ड गिफ्ट जोड़ा मर्जी समान लै लो सू गिफ्ट फ्री मिलना है। ऑफर चलती है छेती छेती इतने आकर फायदा लै लो। लो भी इलैक्ट्रॉनिक भी तो फायदे करते हैं। हम तुम अभी फर्नीचर दिखाने लगे हाँ जेडे मतलब रॉयल घर पाया हूँ हूँ थोड़े घर भी होर रे बन जाने क्योंकि साढ़े को फर्नीचर बहुत सोहना। प्रनीत भाजी मैं देख रहा भी चाहे 5 सीटर देख लो 7 सीटर देख लो 9 सीटा ले लो 10 सीटा ले लो डिजाइन यार बहुत सोहने सोहने बनाया कितना चूज करते हो सारा। मैं भाजी पहला सारा दिन आप डिजाइन तो ही लाइदा जी केड़ा डिजाइन केड़े सीटर च केड़ा डिजाइन तैयार करना जी जी भावें 7 सीटर लै लो 5 सीटर सारे ही लग्जरी सारे लग्जरी तू मिले। ओके मैं आ देखना चाहना मैंने बहुत सोहना लगा कलर भी बड़ा सोहना 5 सीटर या फिर कप होल्डर है बंदा बैठता ग्लास ग्लूस भी रख सकता है ना हैगा 17-18 हज़ार का है भाजी 17-18 हज़ार ये तुम सोफा जोड़ा है 9.5 हज़ार का पैना भाजी सिर्फ 9500 बिल्कुल जी बिल्कुल 9.5 हज़ार का सोफा जी 5 सीटर सोफा बहुत पाणियां देखिया होनी सारे चैनल के दुकानदार भी छातियां ठोक दिया मैं सस्ता पर तुम देखो चैलेंज के नाल कहने पंजाब का सब तो सस्ता वधिया शोरूम के रेट भी आ 5 सीटर सोफा कोई 18 हज़ार का दिता कोई 17 हज़ार दिता पर साढ़े को जाओ सिर्फ 9500 रुपए के सोफा दे देना ये उत्ते भी ऑफर लाती आ तुम आ जाओ दिवाली के फायदे आप हम जब लग्जरी लुक की गल कर लिए चेक कर लो है ना आ टेबल देखो कितना हैवी टेबल आ सोहना आ तुम ये बह के चेक कर लो बड़ा सोहना देखो निक्की निक्की चीज़ मैं जरूर दिखाई चाहना पैर जे लगे देख लो एक्सेसरी भाजी सारी सारी इंपोर्टेंट एक्सेसरी भाजी जी टॉप क्लास एक्सेसरी है सारी देखो गद्दियां बहुत सोहनियां ये बच्चे भी समान सारा ओरिजिनल पाया होया पूरी गरंटी के नाल टेबल भी है भी तो एक्सेसरी जिवें भाई जी कहिंदे आ भाजी आ ग्रे दे विच आ भी चेक करो भाजी ये आ जाना अपना 8 सीटर भाजी जी नाल आ सेटियां हैगियां ते आ चीजां भी चीजां आ चेक करो भाजी डिजाइन तैयार किए हाँ बिल्कुल बिल्कुल भाजी एक आ भाजी सोफा असी नवा तैयार किया है भाजी ये 12 सीटर सोफा आ जाना है जी ये नाल सारा कंप्लीट डबल कुशन है भाजी डबल गद्दियां लगियां नाल ते डबल सीटा सारियां देखो ना सोफे दी लुक भी राजा महाराजा वर्गी आ लुक बहुत सोहनी आ ते जिन्हां दे वड्डे परिवार आ फैमिलियां वड्डियां तुसीं पिंडां च जां शहरां च भी हैगे आ ते तुहाडे मतलब दी चीज़ां आ आ देखो कंट्रास्ट दे विच वाइट ग्रे कंट्रास्ट दे विच कुशनां भी बहुत सोहनियां सारे मतलब जिन्ने भी डिजाइन पए आ एक तो एक चढ़ के आ देखो ये आ देखो ये हैडरेस्ट आ जाना भाजी तुम अपने हिसाब से एडजस्ट करो जिथे कंफर्ट है जी यू पूरा एडजस्ट कर सकते हैं जिथे भी आ देखो हैडरेस्ट है ना ये भी रख सकते हैं टेबल थानू असी नाल देने उदू अगे भी दिखा दो भाजी वड्डी तो वड्डी कितना साइज है सीटा च भाजी 12 सीटर मिल जाना 15 सीटर मिल जाना भाजी जी आ भी चेक कर लो मतलब सोफिया के जे भाई जी कोई कह दे भी सानू इदा का डिजाइन बना दो सानू हर तरह वो बना देने बिल्कुल बिल्कुल भाजी हर तरह का डिजाइन तैयार करांगे तो तुम अपनी मनपसंद का सोफा भी लेके जा सकते हैं आ देखो हर तरह की चीज़ें सोफे के नाल टेबल तुम मिल जाने किसी ने एल शेप लेना किसी ने यू टाइप लेना मतलब जिदा का डिजाइन चाहिए सानू सोफे के बच्चे इतों मिल जाना है। सो देखो मैं जिम्मे तुम दस सोफे के साइज साढ़े को बहुत सारे आ देखो ये उत्ते भी देखो कपड़ा कितना सोहना क्वालिटी कितनी सोहनी आ ये एक्सेसरी की गल भाई ने भी पहला दसिया भी एक्सेसरी के कोई कमी नहीं क्ढ़ी थी जे असी आह गद्दियां भी बनाइया ये भी जो समान है एक कूड़ा कट्टा नहीं कट्ठा करता ये भी बहुत हाई क्लास जो समान पाया 5-5 साल की गरंटी सोफिया बेडा की इतों ले जा रही है आ भी तुसी चेक कर लो भाजी कितनी सीटा है ये भाजी 8 सीटर आ जाना जी हैगा भी सारा स्वेड लैदर दे विच हैगा भाजी ये भी जी स्वेड लैदर दे विच हैगा आप तुसी आहा देखो साइज तुहाडे अकॉर्डिंग तुसी चाहुंदे हो भी सानू कॉर्नर दे विच असी रखना एल टाइप चाहिए एल टाइप सानू सोफा टेबल नाल आ 2 सेटियां मिल जाणियां भाजी आ की चीज आ इहदा बड़ा सोहना लगदा डिजाइन बड़े सोहने बने ये भाजी तुसी आम नॉर्मल सोफे तां देखे होणे आ जी ये हैगे आ सोफा कम बैड सोफा भी बन जाता कितने रात को घर गैसट आ जाते हैं रात में तुम इनू बैड बना सकते हैं जी स्वाद आ भाई बाली वधिया गल आ कहिंदे भी भावें सोफा बना लो परौने परौने आ गए तो रात में उन्होंने बैड बना लो सोफा कम बैड आ भाजी बनता कितना बना के दिखा दो बन जा हाँ मैं तुम चल दिखाता सारा खोल के भाजी चेक करो आ देखो आ सोफा ना जो तुम रात को खोलना खोल दो आ देखो आ सू गद्दे की भी लोड़ नहीं हैगी गद्दा नाले उत्ते आ लो ਇਹ ਤੁਹਾਡਾ ਸੋਫਾ ਹੁਣ ਬੈੱਡ ਬਣ ਗਿਆ ਮੇਨ ਇਹ ਵੀ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਉਹ ਵੀ ਹੈਗੇ ਡਰੋਅ ਵੀ ਹੈਗੇ ਆ ਤੁਸੀਂ ਆਪਣੀ ਸਟੋਰੇਜ ਕਰਨੀ ਆ ਉਹ ਵੀ ਇਹਦੇ ਵਿੱਚ ਕਰ ਸਕਦੇ ਆ ਇੱਕ ਤਾਂ ਤੁਹਾਨੂੰ ਜਗ੍ਹਾ ਘੱਟ ਇਹਦੇ ਤੇ ਲੱਗੀ ਇੱਕ ਦੋ ਚੀਜ਼ਾਂ ਸੋਫਾ ਵੀ ਤੇ ਬੈੱਡ ਵੀ ਦੋ ਜਗ੍ਹਾ ਇਹਨੂੰ ਤੁਸੀਂ ਵਰਤ ਸਕਦੇ ਆ
जब आप बेडा की गल करिए देखो बेडा के साइज भी चेक कर लो, साइज भी छोटे नहीं है, क्वालिटी बहुत सोहनी आ, डिजाइनर की गल करिए डिजाइन बहुत सोहने भाजी। वैसे डबल बैड स्टार्ट कितों हो जाता अपने को? डबल बैड जो भाजी 8,500 तो शुरू है जी बैड। देखो 8,500 का 8,500 के डबल बैड इतों लैके जा सकते हैं। जे आप उदू उपली रेंज की गल कर लिए देखो डिजाइन तुम चेक कर लो, आ जिहड़ियां पिछे डिजाइनिंग हुई आ गोल्डन पट्टियां लगियां आ, जे आपां क्वालिटी की गल कर लिए चाहे आपां कहने भी सानूं मोहरे कपड़े लगे डिजाइन चाहिए पूरी मैचिंग दे नाल चाहिए, ये भी सानूं मिल जू डिजाइन वक्खो वक्खरे आ, सानूं हर तरह के मिल जाने भाजी। बैडां दे विच होर भी डिजाइन हैगे अपने को भाजी? मैं क्या आओ अंदर फिर तुहानूं होर डिजाइन दिखा दे जी। लो भी हुण तुहानूं बैडां दे भी डिजाइन इदां दे दिखा रहे हैं जिहड़े तुहानूं आम स्टोरां तों मिलने नहीं। हुण तुसीं आ बैड देख लो रोज़ गोल्ड का जिहड़ा इत्थे कलर हैगा आ, तुसीं चैक करो सारा यदा फ्रंट भी इतों चैक कर लो है ना, इतने तुम बैठ भी सकते हो, तुम इनू एक्सटेंड भी कर सकते हैं, यह थानू बहुत सोहना मिल जाना। एक तुम आह डिजाइन चैक कर लो भाजी, मैं हैरान हाँ भी डिजाइनिंग जी थोड़े को पई है आम स्टोर से डिजाइनिंग नहीं होंगी है ना, तुम हर तरह के डिजाइन तैयार किए हैं। बिल्कुल बिल्कुल भाजी, तुम यह आम किसी भी दुकान से नहीं मिलेगी डिजाइन भाजी जी, ये सारे पेटेड डिजाइन है भाजी। देखो वही गल है भी साढ़े को प्राइज हर तरह के आ, पर इतने थोड़ू 8,500 रुपए तो डबल बैड शुरू है, मतलब 8,500 के डबल बैड तुम लैके जा सकते हैं। एक तुम आह भी चैक कर लो, हर तरह के रंग है जिदा तुम अपने कंधा दिया रंग होए आ मैच करने, वॉलपेपर के मैच करना, अपने कर्टन के मैच करना, तुम किसी भी तरह की सिमिट्री बनानी आ, जिहड़ा कलर तुहानू पसंद आ तुम ले सकते हैं। देखो किन्ना प्यारा डिजाइन है, ये लगिया नाल ये देखो सैटियां जी भी लगिया हुई बहुत सोहना, ये देखो स्पेस काफ़ी ये थानू मिल जाती है। इस तरह तुम आह भी डिजाइन चैक कर लो भाजी, आह भी बड़ा सोहना डिजाइन आ भाजी, ये भी बहुत हैवी बैड आ, नॉर्मल नालों ढो का साइज भी बड़ा आ, पूरे रूम च कवर करता भाजी बैड। ये तो जेडे बड़े घर अजकल बनते जे कहते भी असं थोड़ा एक्सटेंड करना है ना, अपना चेंज करनी है अपनी लाइफ स्टाइल चेंज करना, तो देखो भाई इदा के बैड तुहानू रखने पैने है। ये देखो बैड हैगा एक्स्ट्रा ये लगी हुई है, तुम सफाई सफुई करनी अगे पिछे भी इनू कर सकते हैं, ये भी डिजाइन बहुत सोहना। एक तुम ग्रे के चेक कर लो डिजाइन बहुत सोहना, लाइटा लूटा लगिया हुई आ, प्लग इतने लगे हुए हैं, तुम मोबाइल चार्ज करना, तुम लैपटॉप में ला, मतलब ये भी थोड़े लिए एक बेनीफिट वाला है भाजी। वो भी यदि कि गरंटी वरंटी लेने जिम्मे भाजी, कोई भी बैड लै लो सोफा लै लो 5 साल की भाजी रिटर्न गरंटी दूंगा जी जी, बैड न किसी भी तरह की घोण लगता बदल के नवा दूंगा। 5 साल तक है ना, 5 साल थोड़ा टाइम नहीं होंगे, सो एक मैं कहना आप इधर भी दिखा दो क्योंकि डिजाइनिंग बहुत सारी आ, इतने आने का फायदा की है थानू, इदा नहीं है भी 2, 4, 5, 10 बैड दिखा गल दिखा दो। आ देखो सारिया चीज़ा प्यारिया प्यारिया लग्जरी चीज़ा आ, मैं इस गल का चैलेंज करता भी जब तुम इतने आना तुम पसंद करते हैं पजल हो जाना भी भाई आह लीए एक आह लीए एक आह लीए, क्योंकि डिजाइनिंग ही बहुत ज़्यादा सोहनी हैगी। बैड तो साढ़े को बहुत सोहने लग्जरी आ, हर तरह साइज बैड के नाल जिम्मे ना हों भी सूँ दबान चाहिए किसी के कोल साइज़ घट हों किसी ने बरांडे रखना या बाहर तुम्हें रखना लॉबी के ना, तो दबान बैड भी साढ़े को मिल जाते हैं भाजी। साइज़ कि साइज भाजी 2 तरह के आते, 6x3 का भी मिल जाना, 6x4 का भी मिल जाए, जितना भी चॉइस है कस्टमर दे दोगे। बिल्कुल बिल्कुल भाजी, आ लगे हुए डिजाइन ढो वाले चाहिए आ, डबल बैड के जिदा डिजाइन तुम दिखा ले, इदी दवान के भी डबल बैड की ढो वगू डिजाइन बने हुए हैं दवान के भी। चलो ऑर्थो गद्दा जो मेन बैक स्पैशलिस्ट हूँ भाजी, पिठ की प्रॉब्लम ऑर्थो गद्दा मेरे को लै सकते हैं, होर सॉफ्ट गद्दे चाहिए जी, अजक स्प्रिंग वाले चलते हैं गद्दे जी, आ देखो आ भी मिल जाने गद्दे भाजी, पूरा सिंगल पीस पूरे एक बैड का जी जी। इस तो अलावा आप डाइनिंग टेबल भी चेक कर लेंगे, देखो मार्बल लगा हुआ आ, जे आप चेयर की गल कर दी ना देखो बड़िया किंग स्टाइल चेयर है बहुत सोहना, देखो पिछे कपड़ा लगा गद्दी लगी है, इतने भी आ बैक के प्लेन ही है ना, ये पिछे भी कपड़ा लगा हुआ आ। जेकर आप लक्कड़ की गल कर लिए भाई, टाली की लक्कड़ है? बिल्कुल बिल्कुल टाली की है भाजी, देखो टाली की लक्कड़ के बनया हुआ आ, मार्बल उत्ते लगा हुआ आ, बाजारा नालों इहदे प्राइस बहुत घट आ, चाहे तुम मार्बल वाला डाइनिंग टेबल लै लो, चॉइस तुहाडी आ, तुम चाहते हो भी सानू टफन के शीशे वाला चाहिए तो शीशे वाला भी लै सकते हैं, 6 सीटर तुहानू डाइनिंग टेबल मिल जाना भाई, 6 सीटर 8 सीटर या 4 सीटर हर तरह मिल जाए सारे हैगे मेरे को। स्टार्टिंग आ जाओ, तुहानू एक होर दिखा ला मॉडल, आ देखो 4 सीटर तो स्टार्टिंग हो जाना भाजी, जगह की प्रॉब्लम आ, कितने नहीं रखने की जगह हैगी, आ 4 सीटर मेरे को अवेलेबल है, देखो शीशा सारा प्रिंटेड उपर ग्लास प्रिंट किया हुआ उपर, देखो तुम अपने परिवार समेत तुहानू चाहिए भी 4 कुर्सियां लेना आह तुम लै सकते हैं, 6 कुर्सियां लेना तुम यही डाइनिंग टेबल लै सकते हैं, जो तुहाडा परिवार वड्डा 8 कुर्सियां लेना तो तुम आह लै सकते, नाले मार्बल के है ये ऑफर अज तो मतलब 18 अक्टूबर तो शुरू हो गई आ, सारी थानू वरायटी दिखाती आ, इलैक्ट्रॉनिक्स भी दिखाती, फर्नीचर भी दिखा दी आ, जिते आसान किश्त कीतियां जा सकदियां, तुसी 20 किलोमीटर दायरे च मालपुर तो है इतने आ जाओ,
फायदे थोड़े वे करके देने भी साल दिज्जा के गरंटियां दे रहे हैं, फर्नीचर के पांच पांच साल दरंटियां दे रहे हैं, गरंटी एक होर दे रहे हैं असं भी जो साढ़े रेट आ पूरा पंजाब घूम लो रेट भी नहीं मिलने तो जी क्वलिटी असी देनी क्वलिटी भी नहीं सूँ मिलनी थोड़ा सुझा असं ये दे रहे हैं। हुण दिवाली का सीजन आ गया बहुत सारिया ऑफर लगनिया लोगों ने तुम्हें कूड़ा ही बेची जाना मतलब लो क्वालिटी का समान देना इतने की असी गरंटी अपनी वीडियो की ये ले रहे हैं जिन्ना समान दिखाया हाई क्वालिटी का आ बड़े बड़े ब्रांड है जे तुसी पैसे खर्चोगे तो तुसी 10-10 साल तक वह आनंद भी माणोगे। ये मालपुर शहर हैगा आ जिहड़ा कि इत्थे तुसी आ सकते हैं जिला हुशियारपुर नंबर साडी स्क्रीन ते हैगे तुसी आउण तों पहले इन्हां नूं फोन कर सकते हैं ते तुहाडा दिवाली ऑफर लाती है ते वड्डे फायदे होणगे। भाजी लास्ट की कहना चाहुंदे तुसी लोकां नूं? भाजी मैं तो यही कहूँगा भी मेरे कोई भी समान लैण आउंदा आ उहदा पूरा रिकॉर्ड किया जाऊगा स्पैशल डिस्काउंट दिता जाऊगा। भाजी तुसी कोई भी चीज़ लैनी आ एक गल होर सुण लो जिहड़ा मर्जी समान लै लो तुहानू फ्री दे विच गिफ्ट जरूर देना क्योंकि तुसीं आउणा तुसीं साडे मेहमान आ आ जाओ दिवाली दे ऑफर आ तुसीं एक स्क्रैच कार्ड तुहानू असीं देवांगे उहनू स्क्रैच करना उहदे विचों 100% अशोर्ड गिफ्ट तुहानू देवांगे उह बिल्कुल फ्री होगा। होर जानकारी लैनी आ तां तुसीं आ नंबर हैगे ते फोन कर सकदे आ। कैमरामैन ओमसन दे नाल हरदीप सिंह दग्गर सांझ टीवी मालपुर।